का खालसा वाहिगुरु जी की फतेह है। जकारे के आवे ने आलो जावे होदे पावे श्रोमणी पंथ अकाली बुढ़े दल नूं पावे सिंह साहब जहदल बाबा संता सिंह अकाली पंथ पातशाह जी नूं पावे वाहिगुरु जी का खालसा वाहिगुरु जी की फतेह है। दास बेनती करता है कि असी ते बड़े सत्कार नाल भाई अमृतपाल सिंह नूं जिहड़ा कल उठिया दाड़ियां करता अज सिंह बन गया अही उहदा सत्कार कीता जलंधर जा के उहनूं सरोपा हजूरिया भी पाया लोई भी पाई भई चल कोई उठिया गुरु का प्यारा उह भाई तैनूं किहड़े इहो जिहे तेरे चूचे चमचे ने जिहड़े गलत तैनूं गाइड करदे ने राजे वर्गे तैनूं गाइड करदे ने श्रोमणी पंथ अकाली बुढ़ा दल प्यो है तूं कल उठिया कल का बच्चा है अमृतपाल सिंह ਸਾਡੇ ਬਾਪੂ ਬਾਰੇ ਮਾੜਾ ਨਹੀਂ ਬੋਲਣਾ ਮੋਰੀ ਦਲਾਂ ਦਾ ਸ਼ਹਿਨਸ਼ਾਹ ਹੋਇਆ ਸਿੰਘ ਸਾਹਿਬ ਜਦਰ ਬਾਬਾ ਸੰਤਾ ਸਿੰਘ ਅਕਾਲੀ ਸਾਡਾ ਪਿਓ ਹੈ ਅਸੀਂ ਅਕਾਲ ਤਖਤ ਦੇ ਜਹੇਦਾਰ ਹਾਂ ਜਹੇਦਾਰਾਂ ਨੇ ਸੇਵਾ ਕਰਾਈ ਹੈ ਕਿਹੜੀ ਸਰਕਾਰ ਸੇਵਾ ਜਿਹੜੇ ਕੁੱਤਿਆਂ ਨੂੰ ਭੌਂਕਦੇ ਹੋ ਬੰਦ ਕਰੋ ਆਪਣੀ ਜ਼ੁਬਾਨ ਭਾਵੇਂ ਅਮਰਤਪਾਲ ਅਤੇ ਭਾਵੇਂ ਤੁਹਾਡਾ ਕੋਈ ਵੀ ਆਏ ਹਾਂ ਅਸੀਂ ਤਾਂ ਤੇਰੀ ਤਾਰੀਫ ਕਰਨ ਡਿਆ ਤੂੰ ਅੰਮ੍ਰਿਤ ਛਕਾਉਣ ਡਿਆ ਲੋਕਾਂ ਨੂੰ ਦੁਰਸ਼ਾ ਵਾਸਤੇ ਰੇਖ ਜੇ ਤੂੰ ਸਾਡੇ ਬਾਪੂ ਨੂੰ ਪੈ ਗਿਆ ਹੋਏ ਇਹ ਪੰਥ ਪਾਤਸ਼ਾਹ ਬਾਬਾ ਸੰਤਾ ਸਿੰਘ ਅਕਾਲੀ ਆ ਮੋਰੀ ਦਲਾਂ ਦਾ ਸ਼ਹਿਨਸ਼ਾਹ ਜਿਹਦੇ ਬਾਰੇ ਤੂੰ ਮਾੜਾ ਬੋਲਿਆ ਵਾ ਆ ਸਰਕਾਰੀ ਤੇਰੇ ਆ ਕੁੱਤੇ ਆ ਬਾਦਲ ਕੇ ਹਰਾਮ ਦੇ ਜਿਹਨਾਂ ਕੰਜਰਦਿਆਂ ਨੇ ਹਮਲਾ ਕਰਾਇਆ ਅਕਾਲ ਤਖ਼ਤ ਸਾਹਿਬ ਤੁੜਵਾਇਆ ਵਾ ਇਹਨਾਂ ਨੂੰ ਕਹਿ ਇਹ ਸਰਕਾਰੀ ਹੂ ਸਾਡਾ ਪਿਓ ਸਰਕਾਰੀ ਨਹੀਂ ਸੀ ਬਾਬਾ ਸੰਤਾ ਸਿੰਘ ਅਕਾਲੀ ਜਹੇਦਾਰ ਮੋਰੀ ਦਲਾਂ ਦਾ ਸ਼ਹਿਨਸ਼ਾਹ ਕੋਈ ਘਵਾਇਆ ਅੱਜ ਤੱਕ ਵਿਦਿਆ ਮਾਰਦੰਡ ਆ ਦਸਮ ਸਰੋ ਦੀ ਸੰਥਿਆ ਉਹਨਾਂ ਕੋਲ ਲਈ ਮੈਂ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਸੰਥਿਆ ਲਈ ਉਹਨਾਂ ਕੋਲੋਂ ਮੈਂ ਵੈਦਿਕ ਸਿੱਖਿਆ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਪੜਿਆ ਤੂੰ ਦੱਸ ਤੈਨੂੰ ਕਿਹਨੇ ਪੜਾਇਆ ਓਏ ਕੱਲ ਆ ਕੇ ਦਾੜੀ ਕੱਟਿਆ ਜਾ ਆ ਕੇ ਤੂੰ ਬਣ ਗਿਆ ਅਮਰਤਪਾਲ ਤੂੰ ਸਾਡੇ ਬੁੱਢੇ ਦਲ ਦੇ ਮਾਲਕ ਬਣ ਤੂੰ ਫਿਰਦਾ ਸੀ ਤੇ ਤੇਰੀ ਤਾਰੀਫ ਕੀਤੀ ਓਏ ਫਤਿਹਗੜ੍ਹ ਸਾਹਿਬ ਤੇਰੀ ਇੰਨੀ ਤਾਰੀਫ ਕੀਤੀ ਅਸੀਂ ਵੀਡੀਓ ਚੱਲਦੀ ਪਈ ਆ ਵੀ ਅਸੀਂ ਅਮਰਤਪਾਲ ਦੇ ਨਾਲ ਖੜੇ ਆ ਤੂੰ ਸਾਡੇ ਪਿਓ ਨੂੰ ਬਹਿ ਗਿਆ ਓਏ ਕਿਹੜੇ ਇਹੋ ਜਿਹੇ ਕੁੱਤੇ ਬਿੱਲੇ ਜਿਹੜੇ ਤੈਨੂੰ ਗਲਤ ਭੜਕਾਉਂਦੇ ਸਾਡੇ ਖਿਲਾਫ ਓਏ ਸਾਡੇ ਨਾਲ ਮਿਲ ਕੇ ਜਿੱਥੇ ਗੱਲ ਕਰਨੀ ਕਰ ਲੈ ਤੈਨੂੰ ਕੀ ਪਤਾ ਕੱਲ ਉੱਠ ਕੇ ਚੂਚਿਆ ਜਿਹਾ ਆ ਲੰਡਿਆ ਬੁੱਚਿਆਂ ਦੇ ਆਖੇ ਲਾ ਕੇ ਰਾਜੀ ਵਰਗਿਆਂ ਦੇ ਆਖੇ ਲਾ ਕੇ ਬੁੱਢੇ ਦਲ ਦੀ ਨਖੇਦੀ ਕਰਦਾ ਤੂੰ ਸਮਝ ਜਾ ਅਕਲ ਕਰ ਅਕਲ ਹਾਂ ਇਹ ਨਾ ਸੋਚੀ ਕਿਤੇ ਚਾਰ ਕਿ ਅੰਗ ਸਿੰਘਣੇ ਇੱਕ ਮਿੰਟ ਤੋਂ ਪਹਿਲੇ ਇਕੱਠੇ ਹੋਏ ਸਾਰੇ ਦਲ ਸਾਡੇ ਤੋਂ ਕੋਈ ਅਲੱਗ ਨੀਗਾ ਭਰਾ ਘਰ ਚ ਲੜ ਵੀ ਲੈਂਦੇ ਆ ਅਲੱਗ ਵੀ ਹੋ ਜਾਂਦੇ ਆ ਲੇਕਿਨ ਜਦੋਂ ਵੱਜਦੀਆਂ ਉਹਦਾ ਬਾਵਾ ਇਕੱਠੀਆਂ ਹੁੰਦੀਆਂ ਹੀ ਸਾਡੇ ਬੁੱਢੇ ਦਲ ਦੀ ਨਿੰਦਾ ਨਾ ਕਰੀ ਜੇ ਨਿੰਦਾ ਕਰੇਗਾ ਤਾਂ ਰਗੜਿਆ ਜਾਏਗਾ ਅਸੀਂ ਨੀ ਉਹ ਰਗੜਨਾ ਜਿਸਕੀ ਸਾਜਨਾ ਹਮ ਕਰੀ ਖੁਦ ਆਪਣੇ ਹੱਥ ਜਿਸਕੀ ਸੰਸਰ ਜੋ ਕਰੇ ਚੱਲ ਜਾਏ ਕੁੱਲ ਸਾਥ ਦਸਵੇਂ ਪਾਤਸ਼ਾਹ ਕਹਿੰਦੇ ਜਿਹਦੀ ਮੈਂ ਸਾਜਨਾ ਕੀਤੀ ਹੈ ਜਿਹੜਾ ਉਹਦੀ ਬਰਾਬਰੀ ਕਰੇਗਾ ਉਹਦਾ ਕੁੱਲਾ ਦਾ ਨਾਸ ਹੋ ਜਾਏਗਾ ਮੇਰਾ ਨਾਂ ਗੁਰਗਾਜ ਸਿੰਘ ਓਏ ਜਿੱਥੇ ਮਰਜ਼ੀ ਮੈਨੂੰ ਮਿਲਣਾ ਮਿਲਣੀ ਗੱਜ ਕੇ ਮਿਲਾਂਗਾ ਬਾਬੇ ਸੰਤਾ ਸੋ ਪਾਤਸ਼ਾਹ ਦਾ ਚੇਲਾ ਹੀ ਤੇ ਜੇ ਤੂੰ ਨਿੰਦਾ ਕੀਤੀ ਤੇਰੀ ਅਸੀਂ ਤਾਰੀਫ ਹੀ ਕੀਤੀ ਜੇ ਤੂੰ ਨਿੰਦਾ ਕੀਤੀ ਹੁਣ ਤੇਰੀ ਨਿੰਦਾ ਸ਼ੁਰੂ ਹੋਏਗੀ ਸਾਰੇ ਪਾਸੋਂ ਨਿਹੰਗ ਸਿੰਘ ਤੇਰੀ ਨਿੰਦਾ ਕਰਨਗੇ ਕੱਲ੍ਹ ਉੱਠ ਕੇ ਤੂੰ ਸਾਡੇ ਪੰਥ ਪਾਤਸ਼ਾਹ ਨੂੰ ਮਾੜਾ ਕਹਿਣ ਡਿਆ ਹੈ ਅਸੀਂ ਅਕਾਲ ਤਖ਼ਤ ਦੇ ਮਾਲਕ ਅਸੀਂ ਸੇਵਾ ਕਰਾਈ ਹੋਏ ਢੁਆਉਣ ਵਾਲੇ ਗੱਦਾਰ ਹੁੰਦੇ ਆ ਬਣਾਉਣ ਵਾਲੇ ਕਦੇ ਗੱਦਾਰ ਨਹੀਂ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਜਾਵੇ ਨਿਹਾਲ ਹੋ ਜਾਵੇ ਬੰਦੇ ਮਹਾਜਰਨੈਲ ਨਿਹੰਗ ਸਿੰਘਾ ਉਪਜੰਗ ਸਿੰਘਾ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਧਰਨੇ ਦਲਾਂ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।